ਤੁਸੀਂ ਕਰ ਦਿਓ ਵੀਰੇ ਅੱਗੇ ਕਰ ਦਿਓ ਯਾਰ ਚਲੋ ਆ ਜਾਓ ਤੁਹਾਡੀ ਸੈਟਿੰਗ ਕੀਤੀ ਹੋਈ ਭਾਜੀ ਸੋਰੀ ਹੋ ਗਈ ਗਲਤੀ ਹੋ ਗਈ ਭਾਜੀ ਮੇਰਾ ਧਿਆਨ ਕਿਤੇ ਹੈ ਕੀ ਹੈ ਜਿਹੜੀ ਬੋਲੀ ਕੁਝ ਇਹ ਪਟਿਆਲੇ ਸਰਹੰਦ ਰੋਡ 'ਤੇ ਬਰਨਾਲਾ ਪੇਂਟ ਸਟੋਰ ਹੈ ਲਗਭਗ 3:30 ਵਜੇ ਤਿੰਨ ਮੁੰਡੇ ਮੂੰਹ ਬੰਨਿਆ ਹੋਇਆ ਸੀ ਉਹਨਾਂ ਦਾ ਯੰਗ ਮੁੰਡੇ ਸੀ 24-25 ਸਾਲ ਦੇ ਇੱਕ ਇੱਕ ਕਰਕੇ ਦੁਕਾਨ ਦੇ ਵਿੱਚ ਐਂਟਰ ਹੋਏ ਨੇ ਤਾਂ ਬੰਦੂਕ ਦੀ ਨੋਕ 'ਤੇ ਉਹਨਾਂ ਨੇ ਖੋਹ ਕੀਤੀ ਹੈ ਗੱਲੇ ਦੇ ਵਿੱਚ ਜੋ ਲਗਭਗ 25,000 ਰੁਪਇਆ ਸੀਗਾ ਉਹ ਉਹਨਾਂ ਨੇ ਕੱਢ ਲਿਆ ਅਤੇ ਗੋਲੀ ਚਲਾਈ ਹੈ ਇੰਨਾ ਰੱਬ ਦਾ ਸ਼ੁਕਰ ਹੈ ਵੀ ਗੋਲੀ ਚਲਾਈ ਦਾ ਖੋਲ ਜਿਹੜਾ ਨੀਚੇ ਗਿਰ ਗਿਆ ਵੀ ਬਰਨਾਲਾ ਪਿੰਡ ਤੋਂ ਜੋ ਵਿਨੋਦ ਬਾਂਸਲ ਜੀ ਆ ਠੀਕ ਠਾਕ ਨੇ ਉਹ ਔਰ ਅਸੀਂ ਬਹੁਤ ਅੱਜ ਵਪਾਰੀਆਂ ਦੇ ਵਿੱਚ ਰੋਸ ਹੈ ਇਸ ਚੀਜ਼ ਦਾ ਵੀ ਸਾਨੂੰ ਵਪਾਰ ਕਰਨਾ ਮੁਸ਼ਕਲ ਹੋ ਗਿਆ ਵੀ ਪਹਿਲਾਂ ਤਾਂ ਮੰਦੀ ਅਤੇ ਦੂਸਰਾ ਕਰੋਨਾ ਦੀ ਬਿਮਾਰੀ ਅਤੇ ਤੀਸਰਾ ਅੱਜ ਇਹ ਖੋਹ ਆ ਜੀ ਵੀ ਇਸ ਤਰ੍ਹਾਂ ਦੀ ਵੀ SSP ਪਟਿਆਲਾ ਤੋਂ ਔਰ DC ਪਟਿਆਲਾ ਤੋਂ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਵਪਾਰੀਆਂ ਵਾਸਤੇ ਕੋਈ ਨਾ ਕੋਈ ਸਕਿਉਰਟੀ ਦਿੱਤੀ ਜਾਵੇ ਔਰ ਇਹਨਾਂ ਲੋਕਾਂ ਨੂੰ ਜੋ ਇਸ ਤਰ੍ਹਾਂ ਦੇ ਕ੍ਰਾਈਮ ਕਰਦੇ ਇਹਨਾਂ ਨੂੰ ਸਖਤੀ ਨਾਲ ਇਹਨਾਂ ਨਾਲ ਨਿਪਟਿਆ ਜਾਵੇ ਕਿਉਂਕਿ ਅੱਜ ਵਪਾਰੀ ਬਹੁਤ ਜ਼ਿਆਦਾ ਪਹਿਲਾਂ ਹੀ ਘਬਰਾਇਆ ਹੋਇਆ ਡਰ ਦਾ ਮਾਹੌਲ ਹੈ ਵੀ ਇਸ ਕਰਕੇ ਮੈਂ ਫਿਰ ਇਹੀ ਕਹਾਂਗਾ ਵੀ ਸਾਰੇ ਵਪਾਰੀਆਂ ਨੂੰ ਵੀ ਮੈਸੇਜ ਦਊਂਗਾ ਵੀ ਹਰ ਤਰੀਕੇ ਦੇ ਨਾਲ ਤੁਸੀਂ ਸਾਰੇ ਰਲ ਕੇ ਇਕੱਠੇ ਰਹੋ ਔਰ ਇਸ ਤਰ੍ਹਾਂ ਦੀ ਵਾਰਦਾਤ ਜੇ ਤੁਹਾਨੂੰ ਕਿਸੇ ਨੂੰ ਕੋਈ ਸ਼ੱਕ ਹੁੰਦੀ ਹੈ ਤਾਂ ਸਾਰੇ ਇਕੱਠੇ ਹੋ ਜਾਓ ਤਾਂ ਸਾਹਿਬ ਗੱਲ ਕਰੀਏ ਕਿੰਨੇ ਬੰਦੇ ਸੀ ਟੋਟਲ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ 3 ਬੰਦੇ ਆਏ ਨੇ ਜੀ ਲਗਭਗ 3:30 ਵਜੇ ਆਏ ਤੇ ਤਿੰਨਾਂ ਦੇ ਕੋਲ ਅਸਲਾ ਵਗੈਰਾ ਸੀ ਤਿੰਨਾਂ ਦੇ ਕੋਲ ਅਸਲਾ ਸੀ ਤਿੰਨ ਕੋਲ ਗਨ ਸੀ ਤੇ ਸਰ ਆਏ ਕੁਝ ਪਤਾ ਲੱਗਿਆ ਕਿੱਦਾਂ ਆਏ ਸੀ ਜਾਂ ਤੁਸੀਂ ਦੁਕਾਨ ਦੇ ਅੰਦਰ ਤਾਂ ਪੈਦਲ ਆਏ ਨੇ ਜੀ ਪੈਦਲ ਗਏ ਨੇ ਅੱਗੇ ਕਿੱਧਰ ਗਏ ਨੇ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਇੱਥੇ ਅਫਸਰ ਸਹਿਬਾਨ ਮੌਜੂਦ ਨੇ ਦੇਖਦੇ ਨੇ ਜੋ ਵੀ ਹੋਈ ਜਾਨੀ ਮਾਨ ਦਾ ਨੁਕਸਾਨ ਨਹੀਂ ਉਹ ਵਿਚਾਰ ਹੈਗਾ ਰੱਬ ਦਾ ਬਹੁਤ ਸ਼ੁਕਰ ਹੈ ਗੋਲੀ ਚਲਾਈ ਹੈ ਉਹਨਾਂ ਨੇ ਗੋਲੀ ਖੋਲ ਜਿਹੜਾ ਨੀਚੇ ਗਿਰ ਗਿਆ ਬਹੁਤ ਰੱਬ ਦਾ ਸ਼ੁਕਰ ਕੋਈ ਕੈਸ਼ ਵਗੈਰਾ ਦੀ ਕੋਈ ਲੁੱਟ ਲਗਭਗ 25,000 ਰੁਪਏ ਕੈਸ਼ ਜਿਹੜਾ ਗੱਲੇ 'ਚ ਸੀਗਾ ਉਹ ਸਾਰਾ ਉਹਨਾਂ ਨੇ ਪੂਰਾ 1-1.5 ਮਿੰਟ ਲਾ ਕੇ ਪੂਰਾ ਛਾਣਬੀਨ ਕੀਤੀ ਆ ਉੱਥੋਂ ਪੂਰਾ ਤਲਾਸ਼ੀ ਲਿੱਤੀ ਕੀ ਕਹਿਣਾ ਜਦੋਂ ਮੁੱਖ ਮੰਤਰੀ ਦਾ ਸਿਰ ਉਹ ਦਿਨ ਦਿਹਾੜੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਬਹੁਤ ਮਾੜੀ ਗੱਲ ਹੈ ਬਹੁਤ ਮਾੜਾ ਸਮਾਂ ਲੰਘ ਰਿਹਾ ਅੱਜ ਵਪਾਰੀਆਂ ਵਾਸਤੇ ਦਾ ਖਾਸ ਕਰਕੇ ਮੈਂ ਕਹੂੰਗਾ ਵੀ ਮਾੜਾ ਸਮਾਂ ਹੈ ਵੀ ਜਦੋਂ ਤੋਂ ਸੁਣ ਲਓ ਵੀ ਨੋਟਬੰਦੀ ਹੋਈ GST ਲੱਗਿਆ ਉਸ ਤੋਂ ਬਾਅਦ ਕਰੋਨਾ ਦੀ ਬਿਮਾਰੀ ਆ ਗਈ ਉਸ ਤੋਂ ਬਾਅਦ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੇ ਤਾਂ ਅੱਜ ਕੋਈ ਵੀ ਬੰਦਾ ਕਿਤੇ ਵੀ ਸੇਫ ਨਹੀਂ ਹੈ ਤਾਂ ਮੁੱਖ ਮੰਤਰੀ ਸਾਹਿਬ ਤੋਂ SSP ਪਟਿਆਲਾ ਸਾਹਿਬ ਤੋਂ ਮੈਂ ਤਾਂ ਇਹੀ ਮੰਗ ਕਰੂੰਗਾ ਵੀ ਇਹਨਾਂ ਲੋਕਾਂ ਨੂੰ ਸਖਤੀ ਦੇ ਨਾਲ ਨਿਬੜਿਆ ਜਾਵੇ ਤਾਂ ਜੋ ਲੋਕਾਂ ਦੇ ਦਿਲ ਦੇ ਵਿੱਚ ਕੋਈ ਡਰ ਹੈ ਸਾਡਾ ਮਾਲੀ ਜਾਨ ਲਈ ਕੋਈ ਨੁਕਸਾਨ ਹੁੰਦਾ ਉਸ ਤੋਂ ਬਚਿਆ ਜਾ ਸਕੇ ਔਰ ਸ਼ਾਂਤਮਈ ਮਾਹੌਲ ਹੋਣਾ ਚਾਹੀਦਾ ਧੰਨਵਾਦ ਜੀ ਕੀ ਹੈ ਜਿਹੜੀ ਫਾਇਰਿੰਗ ਹੋਈ ਪਈ ਹੈ ਸਰਹੰਦ ਰੋਡ 'ਤੇ ਅੱਜ ਵਕਤ ਕਰੀਬ 3:30 ਵਜੇ
ਬਰਨਾਲਾ ਪੇਂਟ ਸ਼ੋਪ ਹੈ ਉੱਥੇ ਤਿੰਨ ਵਿਅਕਤੀਆਂ ਨੇ ਆ ਕੇ ਰੋਬਰੀ ਅਟੈਂਪਟ ਕਰੀ ਹੈ ਜਿਸ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹ 3:30 ਵਜੇ ਸ਼੍ਰੀ ਵਿਨੋਦ ਬੰਸਲ ਨੇ ਜਿਹੜੇ ਓਨਰ ਨੇ ਇੱਥੇ ਬਰਨਾਲਾ ਪੇਂਟ ਦੇ ਆਪਣੀ ਸ਼ੋਪ 'ਤੇ ਬੈਠੇ ਸੀ। 3 ਵਿਅਕਤੀ ਆਏ ਨੇ ਜਿਨ੍ਹਾਂ ਨੇ ਗੰਨ ਪੁਆਇੰਟ 'ਤੇ ਇੱਥੋਂ ਅਟੈਂਪਟ ਕਰੀ ਹੈ ਖੋਣ ਦੀ ਔਰ ਇਹਨਾਂ ਦੇ ਇੱਕ ਮੋਬਾਈਲ ਫੋਨ 'ਤੇ ਥੋੜ੍ਹਾ ਜਿਹਾ ਕੈਸ਼ ਚੱਕ ਕੇ ਲੈ ਗਏ। ਨਹੀਂ ਫਾਇਰ ਨਹੀਂ ਹੋਇਆ ਇਹ ਹਲੇ ਅਸੀਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਅਸਲੀ ਸੀਗੇ ਕਿ ਪਲੇਟ ਹੋਏ ਸੀਗੇ ਹਲੇ ਪੈਦਲ ਹਲੇ ਜਿੱਥੇ ਤੱਕ ਫਿਲਹਾਲ ਜਿਹੜੀ ਹਲੇ ਤੱਕ ਇਨਵੈਸਟੀਗੇਸ਼ਨ ਚੱਲੀ ਹੈ ਕੈਮਰੇ ਵਗੈਰਾ ਦੀ ਫੁਟੇਜ ਅਸੀਂ ਦੇਖੀ ਹੈ ਉਹ ਪੈਦਲ ਹੀ ਆਏ ਨੇ ਅਤੇ ਪੈਦਲ ਹੀ ਗਏ ਨੇ। ਨਹੀਂ ਹਲੇ ਕੋਈ ਇਹੋ ਜਿਹਾ ਕੋਈ ਇਨਸਾਨ ਨਹੀਂ ਥੋੜ੍ਹਾ ਜਿਹਾ ਕੈਸ਼ ਹੈ ਅਤੇ ਇੱਕ ਮੋਬਾਈਲ ਫੋਨ ਉਹਨਾਂ ਦਾ ਚੱਕਿਆ ਗਿਆ ਸਰ ਕੈਸ਼ ਕੁਝ ਪਤਾ ਲੱਗਿਆ ਕਿੰਨੇ ਕੁ ਲੈ ਗਏ ਉਹ ਹਲੇ ਜਿਵੇਂ ਦੱਸਣਗੇ ਜੀ ਉਹਦੇ ਮੁਤਾਬਕ ਤੁਹਾਨੂੰ ਜਾਣਕਾਰੀ ਦੇ ਦਾਂਗੇ। ਦੋ ਬੰਦਿਆਂ ਕੋਲ ਪਿਸਟਲ ਸੀ ਜਾਂ ਤਿੰਨ ਬੰਦਿਆਂ ਕੋਲ ਪਿਸਟਲ ਸੀ ਇਹ ਹਲੇ ਇੱਕ ਵਾਰੀ ਸੀ ਨਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਜਿਵੇਂ ਕੋਈ ਆਊਗੀ ਗੱਲ ਤੁਹਾਨੂੰ ਦੱਸ ਦਾਂਗੇ ਸਾਰਾ। ਥੈਂਕ ਯੂ।